ਜਿੱਥੇ ਪੂਰੀ ਦੁਨੀਆ ਵਿੱਚ 15 ਅਗਸਤ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਫਲੋਰ ਵਿਖੇ ਨਗਰ ਕੌਂਸਲਰ ਫਲੋਰ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਫਲੋਰ ਵਿਖੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ, ਉਦੋਂ ਤੋਂ ਫਲੋਰ ਪੁਲਿਸ ਦੇ ਜਵਾਨ ਤਿਰੰਗੇ ਨੂੰ ਸਲਾਮੀ ਦਿੰਦੇ ਆ ਰਹੇ ਹਨ, ਪਰ ਅੱਜ ਕੋਈ ਵੀ ਪੁਲਿਸ ਟੁਕੜੀ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚੀ, ਜਿਸ ਕਾਰਨ ਸਮੂਹ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਗਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੌਂਸਲਰ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰੱਖੀਆਂ ਗਈਆਂ ਹਨ, ਉਸ ਦੇ ਜੋ ਕਰਮਚਾਰੀ ਸਨ ਉਹਨਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ 15 ਅਗਸਤ ਦਾ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਪ੍ਰਧਾਨ ਮਹਿੰਦਰਪਾਲ ਚੁੰਬਰ ਨੇ SDM ਅਮਨਪਾਲ ਸਿੰਘ ਅਹੂਜਾ ਨੂੰ ਮਿਲ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਇਸ ਤੇ ਵਿਭਾਗੀ ਕਾਰਵਾਈ ਕਰਨ ਦੀ ਮੰਗ ਰੱਖੀ। ਫਲੋਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ। ਪਹਿਲਾਂ ਤਾਂ ਮੈਂ ਅੱਜ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਸਾਰੀਆਂ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅਸੀਂ 1998 ਤੋਂ ਲਗਾਤਾਰ ਇੱਥੇ ਕੌਂਸਲ ਚੁਣੇ ਆ ਰਹੇ ਹਾਂ। ਜਦੋਂ ਵੀ ਨਗਰ ਕੌਂਸਲ ਫਲੋਰ ਵਿਖੇ 26 ਜਨਵਰੀ ਜਾਂ 15 ਅਗਸਤ ਝੰਡਾ ਚੜ੍ਹਦਾ ਆ ਤਾਂ ਉਹ ਟਾਈਮ ਟੂ ਟਾਈਮ ਚੜ੍ਹਦਾ, ਕਦੀ ਲੇਟ ਨਹੀਂ ਹੁੰਦੀ। ਅੱਜ ਜਿਹੜਾ ਝੰਡੇ ਦਾ ਟਾਈਮ ਰਾਈਟ ਸਾਡਾ ਨਗਰ ਕੌਂਸਲ ਫਲੋਰ ਦਾ 8 ਵਜੇ ਸੀ, ਜਦੋਂ ਕਿ ਹਰ 26 ਜਨਵਰੀ ਜਾਂ 15 ਅਗਸਤ ਨੂੰ ਜਿਹੜੀ ਆ ਸਲਾਮੀ ਝੰਡੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਵਾਲੀ ਫੋਰਸ ਆ ਉਹ ਸਮੇਂ ਸਿਰ ਪਹੁੰਚਦੀ ਆ। ਅੱਜ ਸਾਡੇ ਦਫ਼ਤਰ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੋਈ ਵੀ ਟੀਮ ਇੱਥੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਵਾਸਤੇ ਨਹੀਂ ਪਹੁੰਚੀ। ਸਾਨੂੰ ਇਸ ਗੱਲ ਦਾ ਬੜਾ ਰੋਹ ਆ ਸਾਰਿਆਂ ਨੂੰ, ਅਤੇ ਇਸ ਕਰਕੇ ਇਹਦੀ ਜਿਹੜੀ ਮੈਂ SSP ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹਨਾਂ ਅਫਸਰਾਂ ਦੀ ਇੱਥੇ ਅਣਗਹਿਲੀ ਆ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੇਰੇ ਕੋਲ ਅੱਜ 4-5 ਦਿਨ ਪਹਿਲਾਂ ਗੁਰਾਇਆ ਤੋਂ ਕੋਈ ASI ਦਿਲਬਾਗ ਸਿੰਘ ਨੇ ਗੱਲ ਕੀਤੀ ਆ ਕਿ ਤੁਹਾਡੇ ਝੰਡਾ ਕਿੰਨੇ ਵਜੇ ਚੜ੍ਹਨਾ। ਮੈਂ ਕਿਹਾ ਜੀ 8 ਵਜੇ ਇੱਥੇ ਮੈਂ ਚੜ੍ਹਾਉਣਾ ਆ, ਇੱਧਰ ਸਾਡੇ SM ਸਾਹਿਬ ਨੇ ਚੜ੍ਹਾਉਣਾ ਆ। ਅੱਗੇ ਕਾਰਵਾਈ ਸਰਕਾਰ ਤੋਂ ਮੰਗ ਕਰਾਂਗੇ, ਜਿਹਨਾਂ ਨੇ ਅਜਨ ਗੱਲ ਕੀਤੀ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਜਿੱਥੇ ਪੂਰੀ ਦੁਨੀਆ ਵਿੱਚ 15 ਅਗਸਤ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਫਲੋਰ ਵਿਖੇ ਨਗਰ ਕੌਂਸਲਰ ਫਲੋਰ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਫਲੋਰ ਵਿਖੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ, ਉਦੋਂ ਤੋਂ ਫਲੋਰ ਪੁਲਿਸ ਦੇ ਜਵਾਨ ਤਿਰੰਗੇ ਨੂੰ ਸਲਾਮੀ ਦਿੰਦੇ ਆ ਰਹੇ ਹਨ, ਪਰ ਅੱਜ ਕੋਈ ਵੀ ਪੁਲਿਸ ਟੁਕੜੀ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚੀ, ਜਿਸ ਕਾਰਨ ਸਮੂਹ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਗਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਜੋ ਨਗਰ ਕੌਂਸਲਰ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰੱਖੀਆਂ ਗਈਆਂ ਹਨ, ਉਸ ਦੇ ਜੋ ਕਰਮਚਾਰੀ ਸਨ ਉਹਨਾਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ 15 ਅਗਸਤ ਦਾ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਪ੍ਰਧਾਨ ਮਹਿੰਦਰਪਾਲ ਚੁੰਬਰ ਨੇ SDM ਅਮਨਪਾਲ ਸਿੰਘ ਅਹੂਜਾ ਨੂੰ ਮਿਲ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਇਸ ਤੇ ਵਿਭਾਗੀ ਕਾਰਵਾਈ ਕਰਨ ਦੀ ਮੰਗ ਰੱਖੀ। ਫਲੋਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ।